डायलिसिज़ डायलिसिज वो प्रक्रिया है जिस विच जदों किसी व्यक्ति के गुरदे कम नहीं करते उदों एक विशेष प्रक्रिया द्वारा शरीर शरीरों वेस्ट प्रोडक्ट्स बहर कहतमंद किडनी वेस्ट प्रोडक्ट्स वाधु तरल अते इलेक्ट्रोलाइट्स जिमें सोडियम पोटाशियम शरीरों मूत्र के रूप में बाहर क्ढ़े जाते हैं किडनी जुड़ी विच किडनी ठीक तरह काम नहीं करती जिस नाल शरीर विच जहरीले अते तरल पदार्थां दी मात्रा बढ़ जाती है जिस जिसना बहुत सारिया दिक्कत होगद्दिया हैं जिमें उच्च रक्तचाप दिल का दौरा पलमोनरी एडिमा मैटाबॉलिक एसीडोसिस हाइपरकलीमिया डायलिसिस ਹੇਠ ਲਿਖਿਆ ਸਥਿਤੀਆਂ ਵਿੱਚ ਕੀਤਾ ਜਾਂਦਾ ਹੈ ਪਹਿਲਾ ਅਲਪਕਾਰੀ ਗੁਰਦੇ ਦਾ ਖਰਾਬ ਹੋਣਾ ਜਾਂ ਦੂਜਾ ਸਰੀਰ ਵਿੱਚੋਂ ਦਵਾਈਆਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਡਾਇਲਿਸਿਸ ਦੋ ਤਰੀਕੇ ਨਾਲ ਹੋ ਸਕਦਾ ਹੈ ਪਹਿਲਾ ਹਿਮੋਡਾਇਲਿਸਿਸ ਦੂਜਾ ਪਰਿਟੋਨਿਅਲ ਡਾਇਲਿਸਿਸ ਹੀਮੋ ਡਾਇਲਿਸਿਸ ਇਸ ਪ੍ਰਕਿਰਿਆ ਵਿੱਚ ਡਾਇਲਾਈਜ਼ਰ ਦਾ ਉਪਯੋਗ ਕਰਕੇ ਸਰੀਰ ਦੇ ਬਾਹਰ ਮੌਜੂਦ ਇੱਕ ਮਸ਼ੀਨ ਦੁਆਰਾ ਬਲੱਡ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਵਹਿਣੀਆ ਵਿੱਚ ਪ੍ਰਵੇਸ਼ ਕਰਨ ਦੀ ਜਗ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਐਨੈਸਥੀਸੀਆ ਨਾਲ ਉਸ ਜਗ੍ਹਾ ਨੂੰ ਸੁੰਨ ਕੀਤਾ ਜਾਂਦਾ ਹੈ ਅਤੇ ਅਟੇਰੀਓ ਵੇਨਸ ਗ੍ਰਾਫਟ ਬਣਾਉਣ ਲਈ ਇੱਕ ਪਲਾਸਟਿਕ ਟਿਊਬ ਦੀ ਮਦਦ ਨਾਲ ਧਮਣੀਆਂ ਅਤੇ ਸ਼ਿਰਾਵਾਂ ਨੂੰ ਜੋੜਿਆ ਜਾਂਦਾ ਹੈ। ਜਾਂ ਫਿਰ ਇੱਕ ਧਮਣੀ ਨੂੰ ਸ਼ਿਰਾ ਨਾਲ ਸਿੱਧਾ ਜੋੜ ਕੇ ਐਟੇਰੀਓਵਿਨਸ ਫੈਸਟੂਲਾ ਬਣਾਇਆ ਜਾਂਦਾ ਹੈ। ਜਦੋਂ ਗ੍ਰਾਫਟ ਜਾਂ ਫੈਸਟੂਲਾ ਦਾ ਜ਼ਖਮ ਪਰ ਜਾਂਦਾ ਹੈ ਤਾਂ ਮਰੀਜ਼ ਤੇ ਹਿਮੋਡਾਇਲਿਸਿਸ ਪ੍ਰਕਿਰਿਆ ਕੀਤੀ ਜਾਂਦੀ ਹੈ। ਪ੍ਰਕਿਰਿਆ ਦੀ ਸ਼ੁਰੂਆਤ ਵਿੱਚ ਦੋ ਸੂਈਆਂ ਫੈਸਟੂਲਾ ਜਾਂ ਗ੍ਰਾਫਟ ਵਿੱਚ ਪਾਈਆਂ ਜਾਂਦੀਆਂ ਹਨ ਜਿਸ ਨਾਲ ਡਾਇਲਾਈਜ਼ਰ ਨਾਲ ਇੱਕ ਸਰਕਟ ਸਥਾਪਿਤ ਕੀਤਾ ਜਾਂਦਾ ਹੈ ਖੂਨ ਸਰੀਰ ਵਿੱਚੋਂ ਬਾਹਰ ਡਾਇਲਾਈਜ਼ਰ ਵਿੱਚ ਵਹਿੰਦਾ ਹੈ ਜਿਸ ਵਿੱਚ ਫਿਲਟਰ ਕਰਨ ਵਾਲੇ ਰੇਸ਼ੇ ਹੁੰਦੇ ਹਨ ਜੋ ਵਾਧੂ ਪਦਾਰਥਾਂ ਨੂੰ ਅਤੇ ਤਰਲ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਇੱਕ ਡਾਇਲਾਈਸੇਟ ਜੋ ਖੂਨ ਵਿੱਚ ਅਣਚਾਹੇ ਪਦਾਰਥਾਂ ਲਈ ਇੱਕ ਸੋਖਕ ਕੋਲ ਵਜੋਂ ਕੰਮ ਕਰਦਾ ਹੈ ਇਸ ਤਰੀਕੇ ਨਾਲ ਸ਼ੁੱਧ ਕੀਤਾ ਗਿਆ ਖੂਨ ਪਹੁੰਚ ਵਾਲੀ ਥਾਂ ਤੇ ਦੂਜੀ ਸੂਈ ਵਿੱਚ ਟਿਊਬਿੰਗ ਰਾਹੀਂ ਸਰੀਰ ਵਿੱਚ ਵਾਪਸ ਆ ਜਾਂਦਾ ਹੈ ਜਦੋਂ ਹੀਮੋਡਾਇਲਿਸਿਸ ਸੈਸ਼ਨ ਪੂਰਾ ਹੋ ਜਾਂਦਾ ਹੈ ਤਾਂ ਸੂਈਆਂ ਅਤੇ ਟਿਊਬਾਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਮਰੀਜ਼ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਪੈਰੀਟੋਨਿਅਲ ਡਾਇਲਿਸਿਸ ਪੇਟ ਦੀ ਪੈਰੀਟੋਨਿਅਲ ਲਾਈਨਿੰਗ ਦੀ ਵਰਤੋਂ ਕਰਕੇ ਸਰੀਰ ਵਿੱਚੋਂ ਖੁੰਡੇ ਬਾਹਰੀ ਨਿਕਾਸੀ ਦੇ ਬਿਨਾ ਕੀਤਾ ਜਾਂਦਾ ਹੈ ਇੱਕ ਨਰਮ ਕੈਥੀਟਰ ਪੇਟ ਦੇ ਨਿਚਲੇ ਹਿੱਸੇ ਵਿੱਚ ਧੁੰਨੀ ਕੋਲ ਪਾ ਕੇ ਰਸਤਾ ਬਣਾਇਆ ਜਾਂਦਾ ਹੈ ਜਿਸ ਰਾਹੀਂ ਡਾਇਲਿਸੇਟ ਪੇਟ ਵਿੱਚ ਦਾਖਲ ਹੋ ਸਕੇ ਜਾਂ ਛੱਡ ਸਕੇ ਪੈਰੀਟੋਨਿਅਲ ਡਾਇਲਿਸਿਸ ਦੇ ਹਰੇਕ ਸੈਸ਼ਨ ਨੂੰ ਐਕਸਚੇਂਜ ਵੱਜੋਂ ਜਾਣਿਆ ਜਾਂਦਾ ਹੈ ਡਾਕਟਰ ਦੁਆਰਾ ਤੈਅ ਕੀਤੇ ਗਏ ਸਮੇਂ ਅਨੁਸਾਰ एबडोमिनल कैविटी सब तो पहला कैथेटर द्वारा डायलीसेट नरिया जाता है पेरीटोनीयल मैम्बरेन के रहंद खरूंद उत्पादू तरल लगातार खून विचों डायलिसेट विच खिंचया जाता है जो अंत विच एक्सचेंज के दौरान एक डिस्पोजेबल कलैक्शन बैग विच निकल जाता है